ਹਾਂਜੀ ਗਾਈ ਦਾ ਦੇਖੋ, ਆ ਦਿੱਲੀ ਤੋਂ ਲਿਆ ਤੇ ਪਰੀ ਰਾਣੀ ਦਾ ਸੂਟ, ਸਾਰਾ ਕੁਛ ਹੀ, ਸੈਂਡਲ ਵੀ ਤੇ ਆ ਖੁੱਲੇ ਪਲਾਜੋ ਵਾਲਾ ਸੂਟ, ਘੜੀ ਵੀ ਪੂਰਾ, ਅੱਜ ਤਾਂ ਨਵੀਂ ਲੁੱਕ 'ਚ ਹੈ। ਦੇਖੋ ਮੈਂ ਵੀ ਬੂਟ ਪਾਏ ਹੋਏ ਆਪਣੇ ਵਾਲੇ, ਆ ਦੇਖਿਓ ਟੋਰੀ ਸ਼ਰ, ਚੱਲ ਬੈਠ ਗੱਡੀ 'ਚ, ਬੈਠ ਬੈਠ ਗੱਡੀ 'ਚ, ਮੈਂ ਗੇਟ ਖੁੱਲ੍ਹ ਗਿਆ ਅਤੇ ਚਲੋ ਜੀ ਚੱਲੀਏ। ਟਾਈਮ ਵੱਜ ਗਏ 9:50 ਹੋ ਗਏ, ਬੀਬੀ ਨੂੰ ਦਵਾਈ ਦਵਾ ਲਈਏ ਜਾ ਕੇ ਪਹਿਲਾਂ, ਨਾਗਪਾਲ ਡਾਕਟਰ 'ਚ ਡਾਕਟਰ ਚੇਂਜ ਕਰਨਾ। ਕੱਲ੍ਹ ਨੂੰ ਬੰਦਾ ਵੀ ਆ ਰਿਹਾ ਆਪਣਾ, ਹਲਦੀ ਲਾਉਣ ਵਾਲਾ, ਆਪਾਂ ਹਲਦੀ ਵੀ ਲਵਾਉਣੀ ਆ ਕੱਲ੍ਹ ਨੂੰ, ਗੱਡੀ ਵੀ ਸਰਵਿਸ ਕਰਾਉਣੀ ਆ, ਗੱਡੀ ਜਿਹੜੀ ਵਾਰ ਵਾਰ ਏ ਸੀ ਬੰਦ ਔਨ ਆਫ ਹੋ ਜਾਣਾ, ਇਹ ਵੀ ਕਰਾਉਣਾ ਜ਼ਰੂਰੀ। ਚੱਲਦਾ ਆ ਗਏ ਹੈ ਡਾਕਟਰ ਨਾਗਪਾਲ ਦੇ ਘਰ ਵਾਲੇ ਪਾਸੇ, ਨਾ ਬੋਲਦੀ ਉਹ ਅੰਦਰ ਬਿਠਾ ਕੇ ਟੀਕੇ ਛੱਡ ਦਿੰਦਾ ਨਿਆਣਾ ਦੇ, ਡਾਕਟਰ ਨਾਗਪਾਲ ਦੀ ਬੇਟੀ HS ਨਾਗਪਾਲ ਮੈਮੋਰੀਅਲ, ਇਹ ਕੋਈ ਉਹ ਹੈ ਅਜਾਇਬ ਘਰ ਹੈ ਜਿਵੇਂ ਮੈਮੋਰੀਅਲ ਲਿਖਿਆ ਹੈ, ਅਲਟਰਾਸਾਊਂਡ ਕਰਾ ਕੇ ਦਾਦੀ ਜੀ ਦਾ, ਫਿਰ ਅੱਗੇ ਨਾਗਪਾਲ ਡਾਕਟਰ ਕੋਲ ਲੈ ਕੇ ਜਾਣਾ, ਸਵੇਰੇ ਗਏ ਸੀਗੇ ਤੇ ਚੱਲਦੇ ਹਾਂ ਜੀ ਅੰਦਰ, ਅਲਟਰਾਸਾਊਂਡ ਹੋ ਗਿਆ, ਆਖੜਾ ਆਦੀ ਗੱਡੀ ਸਟੈਂਡ ਬਾਏ ਕਰਤੀ ਆਪਣੀ ਗੱਡੀ, ਤੇ ਕਰ ਦੂ ਲੌਕ, ਲੈ ਦੇਖੋ ਪਰਗੁੰਦੀ ਟੌਰ ਆ ਗਈ, ਕੋਈ ਸ਼ਾਮ ਦੇ ਟਾਈਮ 7 ਵਜ ਗਏ, ਅਲਟਰਾਸਾਊਂਡ ਤੋਂ ਬਾਅਦ ਰਿਪੋਰਟਾਂ ਲੈ ਲਈਆਂ, ਅੱਗੇ ਵੀ ਬਣਨ ਲੱਗ ਗਏ ਮਕਾਨਾ, ਪਹਿਲਾਂ ਬੰਦ ਪਿਆ ਸੀ, 1444 ਆ ਰਿਹਾ, 45 ਆ ਰਿਹਾ, ਅੱਗੇ 1100 ਗੱਡੀ ਸਰਵਿਸ ਚੱਲ ਰਹੀ ਆਪਣੀ, ਮੈਂ ਤੈਨੂੰ ਸਭ ਪਵਾਉਣੇ ਆ ਅੱਜ, ਆਪਾਂ ਕਿਸੇ ਕੰਮ ਦੇ ਹਾਂ ਗੱਡੀ ਸਰਵਿਸ ਕਰਾਉਣ ਦੇ, ਮੈਂ ਸਾਰਾ ਖੋਲਿਆ ਵਾ ਸਰਵਿਸ ਕਰਾ ਰਿਹਾ, ਚੰਗੀ ਤਰ੍ਹਾਂ ਜਿਹੜਾ ACO ਕਰ ਰਿਹਾ, ਤਸੱਲੀ ਬਖਸ਼ ਕੰਮ ਕਰਾਵਾਂਗੇ, ਕੀ ਕਰਾਂ ਪਲੇ।
ਆ ਦੇਖੋ ਜੀ ਗੱਡੀ ਆਪਣੀ ਬਿਲਕੁਲ ਓਕੇ ਹੋ ਗਈ ਆ ਦੇਖੋ ਚਾਰੇ ਪਾਸੇ ਗੱਡੀ ਆਪਾਂ ਵਾਸ਼ਿੰਗ ਵੀ ਕਰਾ ਲਈ ਸਾਰੀ ਸਰਵਿਸ ਵੀ ਕਰਾ ਲਈ ਆ ਦੇਖੋ ਬਿਲਕੁਲ ਓਕੇ ਹੋ ਗਈ ਚਾਰੇ ਪਾਸੇ ਸੋਹਣੀ ਲੱਗਦੀ ਤੁਸੀਂ ਸਾਰੀ ਘਰੇ ਮਿੱਤਰਾ ਸ਼ੁਰੂ ਕਰਨ ਲੱਗਿਆ ਜੀ ਡੋਲਾ ਪਾਣੀ ਆ ਹਲਦੀ ਰਹਿ ਗਈ ਉੱਪਰ ਹਲਦੀ ਲਿਆਊਂਗਾ ਬੰਮ ਅੱਜ ਮਿਸ਼ਨ ਹੈ ਓਏ ਨਹੀਂ ਫੇਰ ਮਿੱਟੀ ਡਾ ਰਿਹਾ ਹੋਰ ਸਾਰੇ 'ਚ ਡੋਲਾ ਪਾ ਦੇਣੀ ਇਹਦੇ 'ਚ ਬਾਬੇ ਦੀ ਕਿਰਪਾ ਨਾਲ ਜੇ ਪੈ ਗਈਆਂ ਤਾਂ ਖਿੱਚ ਦਿੰਦੇ ਹਾਂ ਕੰਮ ਸ਼ੁਰੂਆਤ ਕਰਦੇ ਹਾਂ ਇੱਥੋਂ ਦੇਖਦੇ ਅੱਜ ਸਕਸੈਸ ਹੋ ਸਕੀਏ ਤਾਂ ਅੱਧੇ ਕੁ ਹਲਦੀ ਲਾ ਕੇ ਪਾਣੀ ਪੂਣੀ ਦੇ ਦਾਂਗੇ ਬਾਕੀ ਆਪਣੇ ਕੱਕੜੇ ਖੀਰਿਆ ਨਾ ਸੋਰੀ ਖੀਰੇ ਕੱਕੜੀਆਂ ਕਾਮਯਾਬ ਧਣੀਆ ਵੀ ਜੰਮਿਆ ਆਹੀ ਹੈ ਆਪਣੀ ਕਪਾਹ ਰੂਈ ਅਤੇ ਮਿਰਚਾਂ ਉਹ ਆਹ ਘੀਆ ਫੁੱਲਾਂ ਲੱਗ ਗਿਆ ਦੇਖੋ ਆਹ ਫਰਾਂਸ ਵੀ ਨੇਰੀ ਗੱਲ ਉੱਟ ਗਈ ਫਰਾਂਸ ਵੀ ਨਾ ਇੱਕ ਬੂਟਾ ਸੁੱਕ ਗਿਆ ਆਹ ਟਿੰਡੇ ਆ ਦੇਖੋ ਟਿੰਡੇ ਲੱਗੇ ਹੋਏ ਅਮਰੂਦ ਜਾਮਣ ਡੇਂਕ ਟਿੰਡੇ ਸ਼ਿਮਲਾ ਮਿਰਚਾਂ ਇੱਕ ਬੂਟਾ ਟੁੱਟ ਗਿਆ ਨੇਰੀ ਗੱਲ ਅਤੇ ਉਹ ਕੜੀ ਪੱਤੇ ਦਾ ਬੂਟਾ ਇਹ ਵਾਲਾ ਅਤੇ ਚਲੋ ਕਰੀਏ ਸ਼ੁਰੂਆਤ ਆਹ ਦੇਖੋ ਬਾਈ ਇੰਨੀਆਂ ਉਰੇ ਤੱਕ ਲਾਤੀ ਇੱਕ ਦੋ ਤਿੰਨ ਚਾਰ ਪੰਜ ਛੇ ਡੋਲਾ ਲਾਤੀਆਂ ਅਤੇ ਆਹ ਦੇਖੋ ਕਿੰਨੀ ਚੌੜੀਆਂ ਚੌੜੀਆਂ ਪਿਛਲੀ ਵਾਰ ਘੱਟ ਗਏ ਕਿਤੇ ਫੁੱਲੀ ਨਹੀਂ ਤੀ ਹਲਦੀ ਅਤੇ ਡੋਲਾ ਮੋਟੀਆਂ ਮੋਟੀਆਂ ਬਸ ਇੰਨੀ ਕੁ ਜਗ੍ਹਾ ਰਹਿ ਗਈ ਪਾ ਰਿਹਾ ਨਾਲ ਨਾਲ ਕਿਉਂਕਿ ਟੇਢੀਆਂ ਜਿਹੀਆਂ ਹੋ ਜਾਂਦਾ ਨਹੀਂ ਕਿਉਂ ਹੁਣ ਇੱਕ ਡੋਲ ਨੂੰ ਸਿੱਧੀ ਕਰੂੰਗਾ ਦੇਖਦਾ ਆਹ ਹਲਦੀ ਦੇਖੋ ਆਪਣੀ ਜੰਮ ਪਈ ਹਲਦੀ ਜੰਮ ਪਈ ਨਾ ਹਲਦੀ ਪਹਿਲੀ ਵਾਰੀ ਕਈ ਦਿਨ ਆਹ ਪਾਣੀ ਲਾਇਆ ਸੁੱਕੀ ਹੋਣ ਕਰੇ ਬਹੁਤ ਪਾਣੀ ਲੈ ਰਹੀ ਹੈ ਇਹ ਹੈ ਜੀ ਆਪਣਾ ਹਲਦੀ ਪ੍ਰੋਸੈਸ ਆਹ ਦੇਖੋ ਜੀ ਉੱਪਰ ਤੋਂ ਪਤਾ ਲੱਗਦਾ ਡੋਲ ਦਾ ਵੀ ਕਿੰਨੀ ਮੋਟੀ ਡੋਲਾਂ ਪਾ ਰਿਹਾ ਦੇਖੋ ਆਹ ਤਾਂ ਪੂਰੀਆਂ ਲੰਬੀਆਂ ਦੀਵਾਰ ਤੱਕ ਹੋ ਗਈਆਂ ਉੱਤੇ ਫਿਰ ਪਿੱਛੇ ਬੂਟੇ ਲੱਗੇ ਹੋਣ ਕਰਕੇ ਛੋਟੇ ਹੋ ਗਏ ਨਾ ਦੇਖੋ ਉਹ ਰਹਿ ਗਈਆਂ ਤਿੰਨ ਕੁ ਚਾਰ ਕੁ ਡੋਲਾਂ ਦਾ ਜਗ੍ਹਾ ਆਹ ਪਾ ਤੇ ਪੰਜ ਸਾਰਾ ਆਹ ਇਸ ਤੋਂ ਬਾਅਦ ਉਹ ਸਿਰੇ ਲੱਗਣ ਤੋਂ ਬਾਅਦ ਬੀਜ ਬਚ ਜਾਣਾ ਫਿਰ ਆਹ ਉਹ ਮਿਰਚਾਂ ਤੋਂ ਨਾ ਲੈ ਕੇ ਮਿਰਚਾਂ ਤੋਂ ਲੈ ਕੇ ਉੱਥੋਂ ਆਹ ਉਰੇ ਤੱਕ ਸਾਰਾ ਹਲਦੀ ਹਲਦੀ ਲੱਗਦੀ ਅੱਜ ਹੋਰ ਕੁਛ ਨਹੀਂ ਬੀਜਣਾ ਹਲਦੀ ਹਲਦੀ ਲਾਉਣੀ ਸਾਰੇ 'ਚ ਸ਼ਾਮ ਦਾ ਟਾਈਮ ਹੋ ਗਿਆ ਜੀ ਅਤੇ ਆਪਾਂ ਜਾ ਰਹੇ ਹਾਂ ਆ ਕੇ ਗੱਡੀ ਕਰਾਂਗੇ ਕਿਉਂਕਿ ਮੌਸਮ ਖਰਾਬ ਹੈ ਗੱਡੀ ਧੋਈ ਸਵਾਰੀ ਹੈ ਸਾਡੀ ਗੱਡੀ ਨੂੰ ਸ਼ੈੱਡ 'ਚ ਲਾਵਾਂਗੇ ਆ ਕੇ ਪਹਿਲਾਂ ਆਪਾਂ ਸਾਡੇ ਗੁਰਦੁਆਰਾ ਸਾਹਿਬ 'ਚ ਪਾਠ ਰਖਾਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਦਾ ਗੁਰਦੁਆਰਾ ਉਹਨਾਂ ਦਾ ਜਨਮ ਦਿਵਸ ਹੈ ਮੇਰੇ ਖਿਆਲ 9 ਤਰੀਕ ਦਾ ਅਤੇ ਉਹਨਾਂ ਦੇ ਉਹਦੇ 'ਚ ਪਾਠ ਰਖਾਇਆ ਹੋਇਆ ਅਤੇ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਅਤੇ ਚੱਲੀ ਮੈਰ ਪਰਬ ਮੱਥਾ ਟੇਕ ਕੇ ਆਈਏ ਮੈਂ ਸੋਚਿਆ ਸੀਗਾ ਸਵੇਰੇ ਵੀ ਸਵੇਰੇ ਸ਼ਾਮ ਮੱਥਾ ਟੇਕਣਾ ਦੋ ਦਿਨ ਤਾਂ ਹੈਗਾ ਹੈ ਜਿਵੇਂ ਅੱਜ ਸਵੇਰੇ ਗਏ ਅੱਜ ਸ਼ਾਮ ਹੋ ਗਿਆ ਕੱਲ੍ਹ ਨੂੰ ਸਵੇਰੇ ਜਾ ਕੇ ਕੱਲ੍ਹ ਨੂੰ ਸ਼ਾਮ ਹੋ ਜਾਣਾ ਪਰਸਨ ਭੋਗ ਪਏ ਨਾ ਕੈਟ ਆ ਦੇਖੋ ਬੈਠੀ ਕੈਟ ਕੈਟ ਅਤੇ ਚਲੋ ਜੀ ਚੱਲੇ ਆਪਾਂ ਮੱਥਾ ਟੇਕ ਕੇ ਆਈਏ ਟਾਈਮ 8:30 ਹੋ ਗਏ ਲੇਟ ਹੋ ਗਿਆ ਥੋੜ੍ਹਾ ਉਹ ਖੇਤਾਂ 'ਚ ਕੰਮ ਕਰ ਰਹੇ ਨਾ ਬਾਕੀ ਛੋਟਾ ਜਿਹਾ ਛੱਡਦਾ ਸਵੇਰੇ ਕਰਾਂਗੇ ਬਹੁਤ ਮਿਹਨਤ ਕਰੀ ਇਸ ਟਾਈਮ ਪੜ੍ਹਦੇ ਨਾ ਹੋਏ ਹਾਂ ਕੰਮ ਲਾਉਣਾ ਪੁੱਤ ਅੱਜ ਦੇ ਪਾਪਾ ਨੇ ਕਮਰਾ ਬਣਾਉਣਾ ਨਵਾਂ ਇੱਕ ਟੀਸ਼ਰ ਰੂਮ ਅਤੇ ਚਲੋ ਚੱਲ ਰਹੇ ਜੀ ਆਪਾਂ ਨੂੰ ਗੁਰਦੁਆਰਾ ਸਾਹਿਬ 'ਚ ਅੱਜ ਕੋਈ 10 ਤਰੀਕ ਨੂੰ ਇਹਨਾਂ ਨੇ ਵੀ ਆਉਣਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਜੀ ਕਿਆ ਹਾਲ ਹੈ ਸ਼ਹੀਦੀ ਦਿਵਸ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਦਾ
ਚਲੋ ਜੀ ਚੱਲੀਏ ਚੱਲ ਪਰ ਮੇਰੇ ਪਿੰਡ ਦਾ ਗੁਰਦੁਆਰਾ ਸਾਹਿਬ ਲੈ ਵੀ ਉਹ ਲਾ ਲਈ ਕੱਟੀ ਹੁਣ ਧੋਏ ਸਵਾਰ ਗਏ ਹੋ ਗਈ।